ਸਤਿ ਸ਼੍ਰੀ ਅਕਾਲ ਸਰ। ਸਟੂਡੈਂਟ ਵੀਜ਼ਾ ਨੂੰ ਲੈ ਕੇ ਜਿਹੜਾ ਕੈਨੇਡਾ ਬਹੁਤ ਜ਼ਿਆਦਾ ਸਟ੍ਰਿਕਟ ਹੋ ਰਿਹਾ ਹੈ, ਸੁਣਨ 'ਚ ਇਹ ਵੀ ਆਇਆ ਵੀ ਕੈਨੇਡਾ ਆਫਟਰ ਪਲੱਸ ਟੂ ਸਟੂਡੈਂਟਸ ਨੂੰ ਅਸੈਪਟ ਨਹੀਂ ਕਰ ਰਿਹਾ, ਸਟੂਡੈਂਟਸ ਦੀ ਫਾਈਲਿੰਗ ਦੇ ਵਿੱਚ ਮਤਲਬ ਸਟੂਡੈਂਟਸ ਵਰਡ ਨੇ ਵੀ ਆਫਟਰ ਪਲੱਸ ਟੂ ਕੈਨੇਡਾ ਨਹੀਂ ਜਾ ਸਕਦੇ। ਇਹ ਸਵਾਲ ਸ਼ਾਇਦ ਤੁਹਾਡਾ ਨਹੀਂ ਹੈਗਾ, ਸੋ ਬੀਇੰਗ ਤੁਸੀਂ ਕੰਸਲਟੈਂਟ ਹੋ, ਤੁਸੀਂ ਇਸ ਚੀਜ਼ ਬਾਰੇ ਰੂਬਰੂ ਸਮਝਦੇ ਹੋ ਬਹੁ, ਕਿਉਂਕਿ ਇਹ ਚੀਜ਼ਾਂ ਦਾ ਜਵਾਬ ਤੁਸੀਂ ਦਿੰਦੇ ਹੁੰਦੇ ਅੱਕ ਕੇ, ਸ਼ਾਇਦ ਮੈਂ ਵੀ ਅਤੇ ਬਹੁਤ ਏਜੰਟਸ ਵੀ, ਕਿਉਂਕਿ ਬਹੁਤ ਬੱਚਿਆਂ ਨੂੰ ਤਾਂ ਮਨ 'ਚ ਇਹੀ ਚੀਜ਼ ਹੈ ਕਿ ਸ਼ਾਇਦ ਪਲੱਸ ਟੂ ਤੋਂ ਬਾਅਦ ਕੈਨੇਡਾ ਬੰਦ ਹੈ। ਦੇਖੋ ਜੀ, ਕੁਛ ਬੰਦ ਨਹੀਂ ਹੈਗਾ ਪਲੱਸ ਟੂ ਤੋਂ ਬਾਅਦ, ਸਗੋਂ ਦੀ ਹੋਰ ਹੁਣ ਕੁਆਲਿਟੀ ਐਜੂਕੇਸ਼ਨ ਕੈਨੇਡਾ ਸ਼ੁਰੂਆਤ ਕਰ ਰਿਹਾ, ਬਹੁਤ ਓਪਰਚੁਨਿਟੀਜ਼ ਲੈ ਕੇ ਆਇਆ ਕੈਨੇਡਾ ਹੁਣ ਤੱਕ, ਇਨ ਫਿਊਚਰ ਲੈ ਕੇ ਆਊਗਾ ਵੀ, 2024 ਬਹੁਤ ਅੱਛਾ ਜਾਊਗਾ। ਹਾਂ, ਥੋੜ੍ਹੀ ਜਿਹੀ ਸਖਤਾਈ ਹੁੰਦੀ ਰਹੀ ਹੈ ਪਹਿਲਾਂ, ਬਟ ਇਟ ਡਜ਼ਨਟ ਮੀਨ ਕਿ ਕੈਨੇਡਾ ਟੋਟਲੀ ਕਲੋਜ਼। ਸੋ ਪਲੱਸ ਟੂ ਤੋਂ ਬਾਅਦ ਸਪਾਊਸ ਵਾਲੇ ਵਾਈਫ ਹਸਬੈਂਡ ਨੂੰ, ਹਸਬੈਂਡ ਵਾਈਫ ਨੂੰ ਨਹੀਂ ਬੁਲਾ ਸਕਦੇ ਜੀ, ਅੰਟਿਲ ਅਨਲੈਸ ਉਹ ਮਾਸਟਰ ਪ੍ਰੋਗਰਾਮ 'ਤੇ ਹੋਣ। ਮਾਸਟਰ 'ਤੇ ਕੋਈ ਰੋਕ ਟੋਕ ਨਹੀਂ ਹੈਗੀ, ਉਹ ਜਿੰਨੇ ਮਰਜ਼ੀ ਕਲਾਇੰਟ ਅਪਲਾਈ ਕਰਨ, ਬਾਕੀ ਦੇ ਜਿਹੜੇ ਹੈਗੇ ਨੇ ਉਹ ਇੱਕ ਪੁਆਇੰਟ ਦਿੱਤੇ ਹੋਏ ਨੇ ਕਿ ਇੰਨਾ ਹਜ਼ਾਰ ਬੱਚਾ ਇਸ ਪ੍ਰੋਵਿੰਸ 'ਚ, ਇੰਨਾ ਹਜ਼ਾਰ ਬੱਚਾ ਇੰਨੇ ਪ੍ਰੋਵਿੰਸ 'ਚ। ਪ੍ਰਾਈਵੇਟ ਪੈਕੇਜ ਬੰਦ ਕਰ ਦਿੱਤੇ ਗਏ ਨੇ, ਇਹ ਬੱਚਿਆਂ ਦਾ ਹੀ ਫਾਇਦਾ ਹੈ, ਕੈਨੇਡੀਅਨ ਗਵਰਨਮੈਂਟ ਦਾ ਫਾਇਦਾ ਹੈ, ਅਤੇ ਸਕਸੈਸ ਰੇਟ ਕਾਫੀ ਜ਼ਿਆਦਾ ਅੱਛਾ ਹੋਊਗਾ, ਜੈਨੂਨ ਬੱਚੇ ਨੂੰ ਹੀ ਵੀਜ਼ਾ ਮਿਲੂਗਾ। ਪਲੱਸ ਟੂ ਤੋਂ ਬਾਅਦ ਕੈਨੇਡਾ ਖੁੱਲ੍ਹਾ ਹੈ ਜੀ, ਜੇ ਕੋਈ ਪਲੱਸ ਟੂ ਤੋਂ ਬਾਅਦ ਸੋਚਦਾ ਹੈ ਕਿ ਮੈਂ ਉਰੇ ਬੈਚਲਰ ਕਰਕੇ ਫਿਰ ਕੈਨੇਡਾ ਜਾਵਾਂ, ਅਗਰ ਤੁਸੀਂ ਕੈਨੇਡਾ ਜਾਣਾ ਤਾਂ ਬੈਟਰ ਇਹੀ ਹੈ, ਉਹ 3 ਸਾਲ ਤੁਸੀਂ ਪਹਿਲਾਂ ਹੀ ਕੈਨੇਡਾ ਲਾਓ, 2 ਸਾਲ ਤੋਂ ਬਾਅਦ ਤੁਹਾਡੇ 3ਜੇ ਸਾਲ ਵਰਕ ਪਰਮਿਟ ਦੇ ਬਾਅਦ ਦਿੱਤੀ ਤੁਹਾਡੀ PR ਹੈ, ਹੋਰ ਬੈਨੀਫਿਟਸ ਵੀ ਤੁਹਾਨੂੰ ਬਹੁਤ ਹੈ। ਬਿਲਕੁਲ, ਇਹ ਚੀਜ਼ ਇਹ ਬਹੁਤ ਸਾਰੇ ਪੇਰੈਂਟਸ ਵੀ ਵਰਡ ਸੀਗੇ ਵੀ ਉਹਨਾਂ ਨੂੰ ਹੁਣ ਇਹ ਸੀਗਾ ਵੀ ਕੈਨੇਡਾ ਦੇ ਵਿੱਚ ਕੰਮ ਵੀ ਨਹੀਂ ਹੈਗਾ, ਤੇ ਉੱਤੋਂ ਕੈਨੇਡਾ ਗਵਰਨਮੈਂਟ ਨੇ ਆਫਟਰ ਪਲੱਸ ਟੂ ਸਟੂਡੈਂਟਸ ਲੈਣੇ ਬੰਦ ਕਰ ਦਿੱਤੇ। ਦੇਖੋ ਕੈਨੇਡਾ 'ਚ ਕੰਮ, ਮੈਮ ਦੇਖੋ ਕਿਸੇ ਵੀ, ਹੁਣ ਆਪਾਂ ਇਸ ਕਮਰੇ ਦੇ ਵਿੱਚ ਤੁਸੀਂ ਹੋ, ਮੈਂ ਤੇ ਦੀਪ ਸਰ ਨੇ, ਹੁਣ ਇਸ ਕਮਰੇ 'ਚ ਵਿੱਚ ਜੇ 10 ਬੰਦੇ ਹੋਰ ਆ ਜਾਣ ਥੋੜ੍ਹਾ ਜਿਹਾ ਔਖਾ ਹੋਊਗਾ ਸਾਹ ਲੈਣ, ਜੇ ਸਿੱਧਾ ਉਰੇ 100 ਬੰਦਾ ਲਿਆਓ ਤਾਂ ਆਪਾਂ ਕਹਾਂਗੇ ਬਾਕੀ ਕਮਰੇ ਵੀ ਨੇ। ਸੋ ਇੱਕ ਬਿਲਕੁਲ ਸਿੱਧੀ ਜੀ ਸਪਸ਼ਟ ਜਿਹਾ ਇਹਦਾ ਸਪਸ਼ਟੀਕਰਨ ਹੈ ਕਿ ਓਨਟਾਰੀਓ ਭਰ ਚੁੱਕਿਆ ਸੀਗਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਅਤੇ ਸਸਕੈਚੂਅਨ ਦੇ ਵਿੱਚ, ਇਹ 3 ਜਗ੍ਹਾ ਬਹੁਤ ਬੱਚੇ ਜਾਂਦੇ ਸੀਗੇ ਏਜੰਟ ਦੀ, ਪਹਿਲੀ ਵੀ ਇੱਧਰ ਸੀਗੀ ਕਾਲਜ ਯੂਨੀਵਰਸਿਟੀ ਦੀ ਵੀ ਇੱਧਰ, ਪ੍ਰਾਈਵੇਟ ਵਾਲੇ ਜ਼ਿਆਦਾ ਕਰਕੇ। ਹੁਣ ਉਹਨਾਂ ਨੇ ਕੀ ਕਰਿਆ, ਸਰਕਾਰੀ ਕਾਲਜ ਨੂੰ ਮਹੱਈਆ ਦਿੱਤਾ ਵੀ ਪ੍ਰਾਈਵੇਟ ਵਾਲੇ ਬੰਦ ਕਰੋ ਅਗਲੇ 2 ਸਾਲ, ਕੋਈ ਵੀ ਚਾਹੇ ਪਬਲਿਕ ਫੰਡਡ ਸਰਕਾਰੀ ਵੀ, ਗੈਰ ਸਰਕਾਰੀ ਗੈਰ ਸਰਕਾਰੀ ਇੰਸਟੀਟਿਊਟ ਨਹੀਂ ਬਣੂਗਾ। ਹੁਣ ਜਿਹੜੇ ਜੈਨੂਨ ਬੱਚਾ ਜਾਊਗਾ ਉੱਥੇ ਪੜ੍ਹਨ, ਜਿਹੜਾ ਬਾਕੀ ਪੜ੍ਹਨਾ ਚਾਹੁੰਦਾ ਹੈ, ਠੀਕ ਹੈ, ਸਾਲ ਦੀ ਫੀਸ ਭਰ ਕੇ ਜਾਊਗਾ, ਕੋਈ ਇੰਸਟਾਲਮੈਂਟ 'ਚ ਨਹੀਂ ਹੋਊਗਾ, ਅਤੇ ਬਾਕੀ ਉਹਦਾ ਵੰਡੀਕਰਨ ਕਰਤਾ ਗਵਰਨਮੈਂਟ ਨੇ। ਦੇਖਿਆ ਯਾਰ ਵੀ ਬਾਕੀ ਜਿਵੇਂ ਆਪਾਂ ਉੱਧਰ ਲਗਾ ਲਈਏ ਪ੍ਰਿੰਸ ਜਾਰਜ, ਸੋਰੀ ਪ੍ਰਿੰਸ ਐਡਵਰਡ ਆਈਲੈਂਡ ਕਣੀ ਲਗਾ ਲਈਏ, ਠੀਕ ਹੈ, ਜਾਂ ਆਪਾਂ ਨੋਵਾ ਸਕੋਸ਼ੀਆ ਕਣੀ ਲਗਾ ਲਈਏ, ਵੀ ਉੱਧਰ ਇਹਨਾਂ ਨੇ ਪੁਆਇੰਟ ਸਿਸਟਮ ਦਿੱਤਾ ਵੀ ਯਾਰ ਸ਼ਾਇਦ ਬੱਚੇ ਦਾ ਮਨ ਉੱਧਰ ਚੱਲ ਜਾਏ, ਬਟ ਬੱਚੇ ਡਜ਼ਨ ਕੇਅਰ ਅਬਾਊਟ ਦੈਟ ਥਿੰਗ, ਉਹ ਕਹਿੰਦੇ ਅਸੀਂ ਇੱਧਰ ਹੀ ਠੀਕ ਹਾਂ। ਹੁਣ ਉਹਨਾਂ ਨੇ ਕਹਿ ਰਿਹਾ ਵੀ ਤੁਹਾਡਾ ਜਿਹੜਾ ਵੰਡੀਕਰਨ ਹੀ ਅਸੀਂ ਇੱਧਰ ਕਰ ਦਿੱਤਾ ਗਿਆ ਵੀ ਉਟਾਰੀ ਦੇ ਵਿੱਚ ਇੰਨੇ ਕੀ ਆਉਣਗੇ, ਬਾਕੀ ਦੇ ਉੱਧਰ ਤਾਂ ਬੱਚੇ ਨੂੰ ਮਜਬੂਰਨ ਜਾਣਾ ਪਊਗਾ ਉੱਧਰ। ਮੈਂ ਕਹਿੰਦਾ ਬੈਨੀਫਿਟ ਹੈਗਾ ਜੀ, ਬਾਕੀ ਜਗ੍ਹਾ ਵੀ ਜਾਣਾ ਚਾਹੀਦਾ, ਇੱਕੋ ਜਗ੍ਹਾ 'ਤੇ ਜਾ ਕੇ ਫਿਰ ਉਹੀ ਸਾਲ ਸਾਲ ਬੱਚੇ, ਮੈਂ ਬਹੁਤ ਬੱਚੇ ਨੂੰ ਜਾਣਦਾ ਜੀ ਜਿਹੜੇ ਉਨਟਾਰੀ ਦੇ ਵਿੱਚ ਰਹਿ ਕੇ ਮਾੜਾ ਮੋਟਾ ਕਮਾਉਂਦੇ ਨੇ, ਬਹੁਤ ਕਮਾਈ ਨਹੀਂ ਕਹਿ ਸਕਦਾ ਮੈਂ ਉਨਟਾਰੀ ਦੇ ਵਿੱਚ, ਅਤੇ ਬਹੁਤ ਬੱਚੇ ਇੱਦਾਂ ਦੇ ਨੇ ਜਿਹੜੇ ਸਾਲ ਸਾਲ ਪੜ੍ਹਨ ਤੋਂ ਬਾਵਜੂਦ ਵੀ 5-5-6 ਲੱਖ ਰੁਪਏ ਘਰੋਂ ਮੰਗਦੇ ਨੇ, ਤਾਂ ਬੈਟਰ ਹੈ ਬਾਕੀ ਹੋਰ ਏਰੀਆ ਵੀ ਤੁਸੀਂ ਸ਼ੁਰੂਆਤ ਕਰੋ ਅਤੇ ਬਾਕੀ ਹੋਰ ਏਰੀਆ ਦੇ ਵਿੱਚ ਵੀ ਜਾਓ। ਤੁਹਾਡੀ ਗੱਲ ਤੋਂ ਇੱਕ ਗੱਲ ਆਈ, ਜਿਵੇਂ ਕੈਨੇਡਾ ਗਵਰਨਮੈਂਟ ਜਿਹੜੇ ਬੱਚੇ ਕੀ ਹੈ ਘਰੋਂ ਪੈਸੇ ਮੰਗਵਾਉਣੇ ਆ, ਸੋ ਕੈਨੇਡਾ ਗਵਰਨਮੈਂਟ ਨੇ ਇੱਕ ਕੋਈ ਐਸੀ ਸਕੀਮ ਚਲਾਈ ਹੈ ਜਿਹਦੇ ਨਾਲ ਸਟੂਡੈਂਟਸ ਨੂੰ ਹੈਲਪ ਹੋ ਸਕਦੀ ਹੈ, ਉਹਦੇ ਬਾਰੇ ਵੀ ਸਟੂਡੈਂਟਸ ਨੂੰ? ਹਾਂ ਹਾਂ, ਜਿਸ ਬਾਰੇ ਆਪਾਂ ਅੱਜ ਡਿਸਕਸ਼ਨ ਕਰ ਰਹੇ ਸੀ ਉਸ ਬਾਰੇ ਵੀਡੀਓ ਵੀ ਹੈ। ਉਹ $2400 ਨੇ ਜੀ ਉਹਨਾਂ ਨੂੰ, ਜਿਹੜੇ ਫੈਮਿਲੀ ਜਿਵੇਂ ਸਪਾਊਸ ਦੇ ਵਿੱਚ ਹੈ, ਲੀਗਲ ਰਹਿ ਰਹੇ ਨੇ, ਇਮੀਗ੍ਰੈਂਟ, ਸਾਲ ਤੋਂ ਵੱਧ ਹੋ ਚੁੱਕਿਆ ਹੈ, ਸਾਲ ਦਾ ਮਤਲਬ ਸਲਾਨਾ ਇਨਕਮ ਉਹਨਾਂ ਦੀ ਪਤਾ ਲੱਗ ਜੂਗੀ ਵੀ ਇੰਨੀ ਸਲਾਨਾ ਇਨਕਮ ਹੈ ਉਹਨਾਂ ਦੀ, ਅਗਰ ਉਸ ਤੋਂ ਘੱਟ ਹੈ ਤਾਂ ਉਹਨਾਂ ਨੂੰ 2400 ਮਿਲੂਗਾ, ਅਗਰ ਵੱਧ ਹੈ ਤਾਂ ਨਹੀਂ। ਅਗਰ ਸਿੰਗਲ ਹੈ ਸਟੂਡੈਂਟ ਹੈ, ਡਿਪੈਂਡੈਂਟ ਹੈ, ਸੋਰੀ ਸਿੰਗਲ ਹੈ ਮਤਲਬ ਸਪਾਊਸ ਨਹੀਂ ਹੈਗਾ, ਠੀਕ ਹੈ, ਚਾਹੇ ਵਿਜ਼ਟਰ ਤੋਂ ਕਨਵਰਟ ਹੋ ਕੇ ਸਾਲ ਤੋਂ ਵੱਧ ਹੋ ਗਿਆ, ਮਤਲਬ ਸਾਲ ਦੇ ਵਿੱਚ ਇਹ ਚੀਜ਼ ਹੈ ਵੀ ਤੁਸੀਂ ਆਪਾਂ ਟੈਕਸ ਭਰ ਦਿੰਦੇ ਹੋ, ਟੈਕਸ ਬਿਹਾਫ 'ਤੇ 19 ਸਾਲ ਤੋਂ ਵੱਧ ਹੈ, ਜਾਂ ਤੁਹਾਡੀ ਹਫ਼ਤੇ ਦੇ 24 ਘੰਟੇ ਤੁਸੀਂ ਕੰਮ ਨਹੀਂ ਕਰ ਰਹੇ, 16-17 ਘੰਟੇ ਦਾ ਕੰਮ ਮਿਲ ਰਿਹਾ,
ਬਾਕੀ ਉਹ ਸੀ ਆਰ ਏ ਜਿਹੜਾ ਹੈਗਾ ਕੈਨੇਡੀਅਨ ਰੈਵਨਿਊ ਏਜੰਸੀ, ਉਹਨਾਂ ਨੇ ਪਿਕਅਪ ਕਰ ਲੈਣਾ ਤੁਹਾਨੂੰ, ਅਤੇ ਤੁਹਾਡੇ ਜਿਹੜੇ ਕਿ ਖਾਤੇ 'ਚ ਪੈਸੇ ਜਨਵਰੀ ਦੇ ਵਿੱਚ ਆਏ ਨੇ, ਹੁਣ ਜੁਲਾਈ 'ਚ ਆਉਣਗੇ ਬੱਚਿਆਂ ਦੇ ਕਲਾਇੰਟਸ ਦੇ, ਅਤੇ ਬਾਕੀ ਹੁਣ ਜਾਣਗੇ ਅਕਤੂਬਰ ਦੇ ਵਿੱਚ, ਉਹਨਾਂ ਨੂੰ ਮਿਲੂਗਾ $1408 ਕੈਨੇਡੀਅਨ ਡਾਲਰ ਜਿਹੜੇ ਸਟੂਡੈਂਟ ਨੇ। ਬਹੁਤ ਵੱਡਾ ਪ੍ਰੋਫਿਟ ਹੈ ਜੀ, ਤਾਂ ਇਹਦਾ ਕੈਨੇਡੀਅਨ ਗਵਰਨਮੈਂਟ ਸੋਚ ਰਹੀ ਹੈ ਬੱਚਿਆਂ ਦਾ। ਸੋ ਪੇਰੈਂਟਸ ਨੂੰ ਵਰੇ ਕਰਨ ਦੀ ਜ਼ਰੂਰਤ ਨਹੀਂ ਹੈਗੀ? ਨਹੀਂ, ਬਿਲਕੁਲ ਜ਼ਰੂਰਤ ਨਹੀਂ। ਪਹਿਲੀ ਗੱਲ ਤਾਂ ਅਹੀ ਜਗ੍ਹਾ ਜਾਓ ਜਿੱਥੇ ਕੰਮ ਮਿਲੇ, ਉਸ ਏਜੰਟ ਨਾਲ ਸਲਾਹ ਕਰਕੇ ਜਾਓ, ਜਿਹੜਾ ਏਜੰਟ ਕਹੇ ਵੀ ਮੈਂ ਭਾਈ ਪੀ ਆਰ ਤੱਕ ਬੈਠਾ। ਦੈਟਸ ਡਿਫਰੈਂਟ ਪਾਰਟ ਕਿ ਬੱਚਾ ਬਾਹਰ ਜਾ ਕੇ ਬੱਚਾ ਖੁਦ ਹੀ ਸਿਆਣਾ ਹੋ ਜਾਂਦਾ, ਬਟ ਗੱਲ ਇਹ ਹੈ ਵੀ ਜਾਓ ਵੀ ਇਹੋ ਜਿਹੀ ਜਗ੍ਹਾ 'ਤੇ, ਜਿੱਦਾਂ ਮੈਂ ਕਹਿੰਦਾ ਇੰਟਰਵਿਊ ਦੀ ਤਿਆਰੀ ਕਰਕੇ ਜਾਓ, ਚਾਹੇ ਕੈਨੇਡਾ ਇੰਟਰਵਿਊ ਦੀ ਤਿਆਰੀ ਨਹੀਂ ਕਰਵਾ ਰਹੇ, ਇੰਟਰਵਿਊ ਮੰਨ ਲਓ ਵੈਸੇ ਹੁਣ ਤਾਂ ਹੋਣ ਲੱਗ ਗਈਆਂ, ਬਟ ਗੱਲ ਇਹ ਅਗਰ ਤੁਹਾਡੇ ਤੋਂ ਪੁੱਛ ਗਿੱਛ ਹੋਈ ਤਾਂ ਤੁਸੀਂ ਜਵਾਬ ਦੇ ਤਾ ਹੋ, ਬਜਾਏ ਇਹਦੇ ਯਾਰ ਉਦੋਂ ਇਹ ਚੀਜ਼ ਨਹੀਂ ਕਰੀ। ਤਾਂ ਕੰਮ ਹੈਗਾ ਬਾਕੀ ਜਗ੍ਹਾ 'ਚ ਵੀ ਹੈ, ਸਕਿੱਲ ਡਿਵੈਲਪ ਕਰੋ ਜੀ, ਕੰਮ ਤੁਹਾਡੇ ਸਕਿੱਲ ਨੂੰ ਮਿਲਣਾ। ਇਹ ਨਹੀਂ ਵੀ ਤੁਸੀਂ ਅੰਬੈਸੀ 'ਚ ਫਾਈਲ ਲਗਾ ਦੀ, ਕੰਪਿਊਟਰ ਦੀ ਤੁਹਾਨੂੰ ਨੌਲੇਜ ਨਹੀਂ ਹੈ ਕਿ ਜਿੱਦਾਂ ਹੁਣ ਕੋਨਸਟੋਗਾ ਨੇ ਕਰਿਆ, ਹਾਂਜੀ ਉਹਦੇ ਬਾਰੇ ਸ਼ਾਇਦ ਤੁਸੀਂ ਸਮਝਾ ਸਕਦੇ ਹੋ ਬਿਹਤਰ, ਦੱਸੋ। ਸਰ ਕੋਨਸਟੋਗਾ ਨੇ ਨਾ ਮਤਲਬ ਇੱਕ ਅਪੀਲ ਕੀਤੀ ਹੈ ਕੈਨੇਡਾ ਗਵਰਨਮੈਂਟ ਨੂੰ, ਜਿਹੜੇ ਸਟੂਡੈਂਟਸ ਨੇ ਐਡਮਿਸ਼ਨ ਲੈ ਲੈਂਦੇ ਆ ਬਟ ਉਹਨਾਂ ਨੂੰ ਕੰਪਿਊਟਰ ਦੀ ਬੇਸਿਕ ਨੌਲੇਜ ਨਹੀਂ ਹੁੰਦੀ। ਬੇਸਿਕ ਨੌਲੇਜ ਮੀਨਸ ਉਹਨਾਂ ਨੂੰ ਅਸਾਈਨਮੈਂਟਸ ਨਹੀਂ ਬਣਾਉਣੀਆਂ ਆਉਂਦੀਆਂ, ਅਤੇ ਦੈਨ ਉਹਨਾਂ ਦੀਆਂ ਸਪਲੀਆਂ ਆ ਜਾਂਦੀਆਂ, ਅਤੇ ਜਿਹੜੇ ਸਟਾਫ ਹੁੰਦਾ ਉਹਨਾਂ ਨੂੰ ਟੀਚ ਕਰਨਾ ਵੀ ਔਖਾ ਹੁੰਦਾ। ਸੋ ਉਹ ਕੋਨਸਟੋਗਾ ਇੱਕ ਨਿਊ ਸਕੀਮ ਲੈ ਕੇ ਆ ਰਹੀ ਹੈ ਜਿਹਦੇ ਲਈ ਉਹ ਜਲਦੀ ਹੀ ਮਤਲਬ ਆਪਣਾ ਡਿਸਕਲੋਜ਼ ਕਰਨਗੇ। ਦਾਰਮਗਾਰ ਦੇਖੋ, ਹੁਣ ਪਲੱਸ ਟੂ ਤੋਂ ਬਾਅਦ 2 ਸਾਲ ਦਾ ਡਿਪਲੋਮਾ ਬੱਚੇ ਦਾ ਉਹ ਕੰਪਿਊਟਰ ਦਾ ਬਣਿਆ ਹੋਇਆ ਸੌਫਟਵੇਅਰ, ਨਾਟ ਏਬਲ ਟੂ ਨੋ ਬੇਸਿਕ ਆਫ ਕੰਪਿਊਟਰ, ਤਾਂ ਉੱਥੇ ਕਾਲਜ ਕੀ ਕਰੇ। ਹਾਂ ਇਹ ਚੀਜ਼ ਹੈ ਵੀ ਕੁਝ ਇੰਸਟੀਟਿਊਟ ਉੱਥੇ ਇੱਦਾਂ ਦੇ ਨੇ, ਕੁਝ ਟੀਚਰਸ ਇੱਦਾਂ ਦੇ ਨੇ, ਪ੍ਰੋਫੈਸਰ ਜਿਹੜੇ ਕਿ ਸਖਤਾਈ ਕਰਦੇ ਨੇ ਇੰਡੀਅਨ ਸਟੂਡੈਂਟਸ ਨੂੰ, ਫੇਲ ਕਰਦੇ ਨੇ, ਬਾਕੀ ਚਾਈਨੀਜ਼ ਨੂੰ ਵੀ ਹੋ ਗਏ, ਬਾਕੀ ਨੇ ਵੀ ਹੋ ਗਏ, ਬਟ ਗੱਲ ਇੱਥੇ ਇਹ ਹੈ ਵੀ ਤੁਸੀਂ ਆਪਦੇ ਵੱਲੋਂ ਸਹੀ ਹੋ। ਹੁਣ ਜਿੱਥੇ ਉੱਥੇ ਉਹਨਾਂ ਨੇ ਇਹ ਸਵਾਲ ਖੜੇ ਕਰ ਦਿੱਤੇ ਗਏ ਵੀ ਬੱਚਿਆਂ ਨੂੰ ਬੇਸਿਕ ਨਹੀਂ ਪਤਾ, ਉੱਥੇ ਆਪਾਂ ਜਵਾਬ ਦੇ ਨਹੀਂ ਹੈਗੇ ਜੀ। ਆਪਾਂ ਕਿੱਦਾਂ ਕਹਿ ਸਕਦਾ ਕਿ ਜਸਟਿਸ ਫੋਰ ਇੰਟਰਨੈਸ਼ਨਲ ਸਟੂਡੈਂਟਸ ਵੀ ਉਹਨਾਂ ਨਾਲ ਸਹੀ ਨਹੀਂ ਹੋ ਰਿਹਾ? ਆਪਣਾ ਬੱਚਾ ਸਹੀ ਹੋਵੇ ਆਪਾਂ ਕਹਿ ਸਕਦੇ ਹਾਂ, ਕਹਿ ਕੇ ਹੱਕ ਵੀ ਲੈ ਸਕਦੇ ਹਾਂ ਆਪਾਂ।